ਸਸਕਾ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤੇ ਵੀਰ ਜੀ, ਅੱਜ ਆਪਣੇ ਵਿਜ਼ਿਟ ਹੈਗੀ ਆ ਪਿੰਡ ਪੱਡੇ, ਜ਼ਿਲ੍ਹਾ ਗੁਰਦਾਸਪੁਰ ਜੀ, ਤਹਿਸੀਲ ਬਟਾਲਾ, ਬਾਈ ਸਰਨ ਸਿੰਘ ਕੋਲ ਆ ਚੁੱਕੇ ਜੀ। ਅੱਜ ਫਿਰ ਆਪਾਂ, ਚਲੋ ਅੱਜ ਬਾਈ ਹੋਣੀ ਹੈ ਨਹੀਂ, ਡਿਟੇਲ ਮੈਂ ਹੀ ਤੁਹਾਨੂੰ ਦੱਸੂੰਗਾ ਜੀ। ਦੋ ਹੀ ਮੱਝਾਂ, ਦੋਵੇਂ ਟਾਪੋ ਟਾਪ, ਠੀਕ ਹੈ ਜੀ। ਅਤੇ ਆਓ ਹੁਣ ਉਹਦੀ ਮੈਂ ਡਿਟੇਲ ਦੱਸ ਦਿਆਂ ਤੁਹਾਨੂੰ ਮੈਂ। ਜਿਹੜੀ ਤੁਸੀਂ ਇੱਕ ਨੰਬਰ ਵਾਲੀ ਮੱਝ ਝੋਟੀ ਦੇਖ ਰਹੇ ਜੀ, ਇਹ ਗੱਬੜ ਹੈ ਇਸ ਟਾਈਮ ਇਹ। ਅਤੇ ਦੁੱਧ ਵੀ ਮੇਰੇ ਸਨ ਕੋਈ, ਉਹਨਾਂ ਬਾਈ ਨੇ ਦੱਸਿਆ ਕਿ 14-15 ਕਿਲੋ ਦੀ ਲਗਭਗ ਗਰੰਟੀ ਹੁੰਦੀ ਦੁੱਧ ਕਰ ਸਕਦੀ ਆ। ਅਤੇ ਬਾਕੀ ਤੁਹਾਨੂੰ ਖੋਲ੍ਹ ਕੇ ਵਿਖਾਉਣਾ ਇੱਕ ਵਾਰੀ ਮੈਂ। ਸੋਹਣੀ ਝੋਟੀ ਹੈ, ਵੱਡੀ ਝੋਟੀ ਹੈ ਜੀ, ਬਿਲਕੁਲ ਰੇਟ ਜਾਇਜ਼ ਵਾਲੀ ਹੋਊਗੀ, ਬਾਹਲਾ ਰੇਟ ਨਹੀਂ ਤੁਹਾਨੂੰ ਪਤਾ ਜੀ, ਨਾ ਹੀ ਕਰਦੇ ਨਾ ਹੀ ਬਾਈ ਨੇ ਕਰਨਾ। ਆ ਜਾਓ ਦਿਖਾਓ, ਆਹ ਵੇਖੋ ਜੀ, ਸਿੰਘ ਸਿੰਘ ਦੀ ਕੁਆਲਿਟੀ ਦੇਖੋ, ਦੇਖੋ ਬਹੁਤ ਸੋਹਣੀ ਝੋਟੀ ਆ, ਵੱਡੀ ਝੋਟੀ ਪੂਰੀ। ਆ ਜਾਓ ਤੋਰੋ, ਹੁਣ ਤੁਸੀਂ ਆਪ ਹੀ ਆਈਡੀਆ ਲਓ ਦੁੱਧ ਨੇ ਕਿੰਨਾ ਕਰਨਾ ਜੀ। ਆਹ ਦੇਖੋ, ਆਹ ਦੇਖੋ ਦੇਖੋ ਦੇਖੋ, ਖੁੱਲ੍ਹੇ ਲੇਵੇ ਵਾਲੀ ਆ, ਚੈੱਕ ਕਰੋ ਬਸ, ਬਸ ਦੋ ਕੁ ਦਿਨ ਲਓਗੇ ਮਸਾਂ ਹੀ। ਆ ਜਾਓ ਬਾਜੀ, ਆ ਜਾਓ ਦੇਖੋ, ਆਹ ਥਾਨ ਵੇਖੋ ਕਿੱਡੇ ਕਿੱਡੇ ਲੱਗੇ, ਨਵਾਂ ਗਲਾਸ ਥਾਨ ਚੱਲ ਪਿਆ ਜੀ, ਗਲਾਸ ਵਾਲਾ, ਗਲਾਸ ਵਾਲਾ ਵਰਗ ਵਰਗੇ ਥਾਨ ਆ, ਚੈੱਕ ਕਰੋ ਘਰਾਂ ਦੀ। ਆਹ ਦੇਖੋ, ਅਤੇ ਕੀਮਤ ਸਿਰਫ ਇਹਦੀ 88,000 ਰੁਪਈਆ, 88,000 ਵਿੱਚੋਂ 500 ਰੁਪਏ ਛੱਡਦੇ, 200 ਛੱਡਦੇ, ਉਹ ਬਾਈ ਨੇ ਮਾਨਦਨ ਕਰਨਗੇ ਤੁਹਾਡਾ ਆਏ ਦਾ। ਇੱਕ ਫਿਰ ਚੈੱਕ ਕਰ ਲਓ, ਇੱਕ ਤੁਹਾਨੂੰ ਫਿਰ ਚੈੱਕ ਕਰਾ ਦਿੰਦੇ ਹਾਂ, ਦੇਖ ਲਓ ਸਿੰਘ ਸਿੰਘ ਕੁਆਲਿਟੀ ਫਿਰ ਵੇਖ ਲਓ ਇੱਕ ਵਾਰੀ। ਚਲੋ, ਜਿਹੜੀ 2 ਨੰਬਰ ਵਾਲੀ ਇਹ ਵੀ ਕੰਪਨੀ ਆ, ਇਹਦੀ 12 ਕਿਲੋ ਗਰੰਟੀ ਹੈ ਜੀ, ਇਹ ਵੀ ਖੋਲ੍ਹੋ ਬਾਈ, ਇਹਦੀ 12 ਕਿਲੋ ਗਰੰਟੀ ਆ। ਮੈਂ ਵੀ ਬਹੁਤ ਵੱਡੀ ਹੈ ਜੀ, ਭਾਰੀ ਮੱਝ ਆ, ਆਹ ਦੇਖੋ ਥਾਲੇ ਵਾ, ਨੀਲੀ ਵੀ ਜਾਂਦੀ ਝੋਟੀ ਹੈ ਵੀ। ਆ ਜਾਓ ਜੀ, ਲਿਆਓ ਲਿਆਓ ਜੀ, ਆਹ ਦੇਖੋ ਪਿਓਰ ਨੀਲੀ ਵਿੱਚ ਆ, ਸਾਰੀ ਨਿਸ਼ਾਨੀ ਨਾਲ ਆ ਗਏ, ਵੇਖੋ ਦੇਖੋ, ਆਹ ਦੇਖੋ 12 ਕਿਲੋ ਫੁੱਲ ਗਰੰਟੀ, ਕੋਈ ਭਾਰ ਨਹੀਂ, ਕੋਈ ਸ਼ਿਕਾਇਤ ਨਹੀਂ, ਕਿਸੇ ਚੀਜ਼ ਦੀ ਕੋਈ ਸ਼ਿਕਾਇਤ ਨਹੀਂ। ਆ ਜਾਓ ਲਿਆਓ ਜੀ, ਇਹ ਵੀ ਦੇਖੋ ਗਰਮ, ਅਤੇ ਇਹਦੀ ਕੀਮਤ ਸਿਰਫ 72,000 ਰੁਪਈਆ, 72,000 ਵਿੱਚ 500 ਛੱਡਦੇ, 200 ਛੱਡਦੇ ਜੀ, ਉਹ ਤੁਹਾਡਾ ਮਾਨਦਨ ਕਰਨਗੇ ਜਿੰਨਾ ਕਰਦੇ ਹੁੰਦੇ ਆ। ਅਤੇ ਦੋ ਹੀ ਮੱਝਾਂ ਜੀ, ਫੁੱਲ ਗਰੰਟੀ ਬਾਈ ਉਹਨਾਂ ਦੀ, ਆਹ ਤਾਂ ਫਿਰ ਵੀ ਚੈੱਕ ਕਰਕੇ ਪਾਸ ਕਰ ਲੈ ਕੇ ਜਾਏ ਮੇਰੇ ਫਿਰ ਪੂਰੀ ਤਸੱਲੀ ਨਾਲ, ਠੀਕ ਹੈ ਜੀ। ਨੰਬਰ ਅਤੇ ਐਡਰੈਸ ਬਾਈ ਉਹਨਾਂ ਸਕਰੀਨ 'ਤੇ ਚੱਲੂਗਾ, ਅਤੇ ਜੇ ਕਿਸੇ ਵੀਰ ਨੇ ਲੈਣੇ ਹੋਏ ਕੋਈ ਵੀ ਪਸ਼ੂ, ਤਾਂ ਤੁਸੀਂ ਆਪਦਾ ਬਾਈ ਨਾਲ ਕੰਟੈਕਟ ਕਰ ਲੈ, ਠੀਕ ਹੈ ਵੀਰ ਜੀ, ਸਤਿ ਸ਼੍ਰੀ ਅਕਾਲ।